या बिल माफ होया बड़ी वड्डी गल है। जिहड़े विरोधी उठदे ना सवाल करदे आ जिथे भी चंगा काम है असीं चंगा भी कहांगे। हुण बापू दसेगा बापू दी भैणे ने ਇਹ ਬਾਪੂ ਦੀ ਭੈਣ ਆ ਬਾਪੂ ਕਿੰਨਾ ਕੁ ਖੁਸ਼ ਜੇ ਬੜੇ ਖੁਸ਼ ਆ ਚਾਲੇ 50,000 ਬਿੱਲ ਮਾਫ ਹੋਇਆ 50,000 ਬੜੇ ਖੁਸ਼ ਆ ਨਿੱਕੇ ਨਿੱਕੇ ਜਵਾਕਾਂ ਦੇ ਹੋਈ ਲੀੜੇ ਤਾਂ ਬਣਾਵਾਂਗੇ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਕੀਤੀ ਭਗਵਾਨ ਦਮਾਨ ਦੀ ਬਾਪੂ ਜਿੱਥੇ ਵੀ ਚੰਗਾ ਕੰਮ ਹੋਵੇ ਉੱਥੇ ਉੱਥੇ ਵਡਿਆਈ ਵੀ ਕਰਨੀ ਚਾਹੀਦੀ ਚੰਗਾ ਕੰਮ ਹੋਵੇ ਵਡਿਆਈ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਉਹਦਾ ਵਿਰੋਧ ਕਰੀ ਜਾਂਦੀਆਂ ਬਾਕੀ ਮੈਂ ਤਾਂ ਭਗਵਾਨ ਦਮਾਨ ਨੂੰ ਇੱਕੋ ਹੀ ਗੱਲ ਕਹਾਂਗਾ ਕਿ ਚੰਗਾ ਕੰਮ ਕਰ ਰਹੇ ਜਿਵੇਂ ਬਿੱਲ ਮਾਫ ਕੀਤੇ ਹੀ ਨਾ ਤੇਰੀ ਵਧੀਆ ਗੱਲ ਏ ਤੁਸੀਂ ਆ ਬੰਦੂਕਾਂ ਵਾਲੇ ਚੱਕਰਾਂ ਜਿਹੜਾ ਚੱਲਿਆ ਕੰਮ ਉਹ ਨਾ ਕਰ ਤੇ ਐ ਚੰਗੇ ਕੰਮ ਕਰ ਚੰਗੇ ਕੰਮ ਲੋਕ ਚਾਹੁੰਦੇ ਵੀ ਨੇ ਜਿਹੜੇ ਚੰਗੇ ਚੰਗਿਆਂ ਨੂੰ ਫਿਰ ਚੰਗੇ ਆਖਣਾ ਚੰਗਾ ਕੰਮ ਕਰ ਹੁਣ ਤੂੰ ਚੰਗਾ ਕੀਤਾ ਤੇ ਅਸੀਂ ਪੂਰੇ ਤੇਰੇ ਤੇ ਖੁਸ਼ ਆ ਜਾ ਕੇ ਮਾਤਾ ਬੜੀ ਖੁਸ਼ ਹੋਈ ਹਣ ਹੈ ਸਾਰਾ ਬਿੱਲ ਮਾਫ ਹੋ ਗਿਆ ਕਿਵੇਂ ਮੈਂ ਆਹ ਲੈਣਾ ਹੈ ਤੁਹਾਡਾ ਕਿੰਨਾ ਆਪਣਾ ਨਾ ਵਾਵਾ ਬਣ ਗਿਆ ਮੈਂ ਤੇ ਬੜੇ ਦਿਨਾਂ ਪਿੱਛੋਂ ਆਇਆ ਤੇ ਮੈਂ ਤੇ ਬੜਾ ਔਖਾ ਤਾਂ ਮੈਂ ਕਿਹਾ ਕਿਵੇਂ ਬਿੱਲ ਹੈ ਬਾਜ਼ ਤੋਂ ਹੋ ਗਈ ਗਏ ਇੰਨੇ ਨਾਲ ਬਹੁਤ ਬਾਜ਼ ਤੋਂ ਹੈ ਤੇ ਹੋਰ ਬਿੱਲ ਜ਼ੀਰੋ ਆ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਖੋਗੇ ਕਿ ਆ ਬਿੱਲ ਕਿਉਂ ਮੰਤਰੀ ਨੇ ਫੜੇ ਹੋਏ ਨੇ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਕੋਈ ਗਲਤ ਕੋਈ ਕੰਮ ਕਰਦਾ ਹੁੰਦੀ ਮਾਤਾ ਬਦਨਾਮੀ ਵੀ ਕਰਨੀ ਚਾਹੀਦੀ ਹੈ ਤੇ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਇਹ ਹੁਣ ਭਗਵੰਤ ਮਾਨ ਨੇ ਬਹੁਤ ਚੰਗਾ ਕੰਮ ਕੀਤਾ ਕਿ ਇਸ ਪਰਿਵਾਰ ਦਾ 50,000 ਰੁਪਇਆ ਸੀ ਬਿੱਲ ਜਿਹੜਾ ਇਸ ਮਾੜਾ ਪਰਿਵਾਰ ਸੀ ਜਿਹਦਾ ਬਿੱਲ ਭਗਵੰਤ ਮਾਨ ਨੇ ਮਾਫ ਕੀਤਾ ਹੈ ਬਹੁਤ ਚੰਗੀ ਗੱਲ ਹੈ ਜਿੱਥੇ ਕੋਈ ਮਾੜਾ ਕੰਮ ਹੁੰਦਾ ਉੱਥੇ ਵਿਰੋਧ ਵੀ ਕਰਨਾ ਚਾਹੀਦਾ ਹੈ ਜਿੱਥੇ ਚੰਗਾ ਕੰਮ ਹੁੰਦਾ ਉੱਥੇ ਚੰਗਾ ਕਰਨਾ ਚਾਹੀਦਾ ਇਹ ਹੁਣ ਇਸ ਪਰਿਵਾਰ ਦਾ 50,000 ਰੁਪਇਆ ਬਿੱਲ ਆਇਆ ਸੀ ਜੋ ਭਗਵੰਤ ਮਾਨ ਨੇ ਮਾਫ ਕੀਤਾ ਤੇ ਮਾਤਾ ਨੂੰ ਪੁੱਛਨੇ ਮਾਤਾ ਪੂਰੇ ਖੁਸ਼ ਜੇ ਭਗਵੰਤ ਮਾਨ ਤੇ ਮਾੜਾ ਨੇੜੇ ਲਿਆ ਮਾਤਾ ਦੇ ਕੋਲੇ ਮੂੰਹ ਮਾਤਾ ਖੁਸ਼ ਜੇ ਕਿੰਨਾ ਬਿੱਲ ਸੀ ਹੱਥ ਚ ਫੜੋ ਹੈਂ 50,000 ਰੁਪਇਆ ਬਿੱਲ ਸਾਡਾ ਤੇ ਹੁਣ ਤੁਹਾਡਾ ਮਾਫ ਕਰਤਾ ਹੈ ਹਾਂ ਮਾਫ ਕਰਤਾ ਹੈ ਹਾਂ ਹੁਣ 2 ਮਹੀਨੇ ਸਾਨੂੰ ਬਿੱਲ ਆਇਆ ਹੈ ਹਾਂ ਤੇ ਪਿਛਲਾ ਭਗਵੰਤ ਮਾਨ ਤੇ ਖੁਸ਼ ਜੇ ਖੁਸ਼ ਪੂਰੇ ਪੂਰੇ ਖੁਸ਼ 50,000 ਰੁਪਇਆ ਬਿੱਲ ਮਾਫ ਹੋਇਆ ਬੜੀ ਵੱਡੀ ਗੱਲ ਹੈ ਜਿਹੜੇ ਵਿਰੋਧੀ ਉੱਠਦੇ ਨਾ ਸਵਾਲ ਕਰਦੇ ਆ ਜਿੱਥੇ ਵੀ ਚੰਗਾ ਕੰਮ ਹੈ ਅਸੀਂ ਚੰਗਾ ਵੀ ਕਵਾਂਗੇ ਹੁਣ ਬਾਪੂ ਦੱਸੇਗਾ ਬਾਪੂ ਦੀ ਭੈਣੇ ਨੇ ਇਹ ਬਾਪੂ ਦੀ ਭੈਣ ਬਾਪੂ ਕਿੰਨਾ ਕੁ ਖੁਸ਼ ਜੇ ਬੜੇ ਖੁਸ਼ ਆ ਚਾਲੇ 50,000 ਬਿੱਲ ਮਾਫ ਹੋਇਆ 50,000 ਬੜੇ ਖੁਸ਼ ਆ ਨਿੱਕੇ ਨਿੱਕੇ ਜਵਾਕਾਂ ਦੇ ਹੋਈ ਲੀੜੇ ਤਾਂ ਬਣਾਵਾਂਗੇ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਕੀਤੀ ਭਗਵਾਨ ਦਮਾਨ ਦੀ ਬਾਪੂ ਜਿੱਥੇ ਵੀ ਚੰਗਾ ਕੰਮ ਹੋਵੇ ਉੱਥੇ ਉੱਥੇ ਵਡਿਆਈ ਵੀ ਕਰਨੀ ਚਾਹੀਦੀ ਚੰਗਾ ਕੰਮ ਹੋਵੇ ਵਡਿਆਈ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਉਹਦਾ ਵਿਰੋਧ ਕਰੀ ਜਾਂਦੀਆਂ ਬਾਕੀ ਮੈਂ ਤਾਂ ਭਗਵਾਨ ਦਮਾਨ ਨੂੰ ਇੱਕੋ ਹੀ ਗੱਲ ਕਹਾਂਗਾ ਕਿ ਚੰਗਾ ਕੰਮ ਕਰ ਰਹੇ ਜਿਵੇਂ ਬਿੱਲ ਮਾਫ ਕੀਤੇ ਹੀ ਨਾ ਤੇਰੀ ਵਧੀਆ ਗੱਲ ਏ ਤੁਸੀਂ ਆ ਬੰਦੂਕਾਂ ਵਾਲੇ ਚੱਕਰਾਂ ਜਿਹੜਾ ਚੱਲਿਆ ਕੰਮ ਉਹ ਨਾ ਕਰ ਤੇ ਐ ਚੰਗੇ ਕੰਮ ਕਰ ਚੰਗੇ ਕੰਮ ਲੋਕ ਚਾਹੁੰਦੇ ਵੀ ਨੇ ਜਿਹੜੇ ਚੰਗੇ ਚੰਗਿਆਂ ਨੂੰ ਫਿਰ ਚੰਗੇ ਆਖਣਾ ਚੰਗਾ ਕੰਮ ਕਰ ਹੁਣ ਤੂੰ ਚੰਗਾ ਕੀਤਾ ਤੇ ਅਸੀਂ ਪੂਰੇ ਤੇਰੇ ਤੇ ਖੁਸ਼ ਆ ਕਿ ਤੂੰ ਇਹ ਨਹੀਂ ਕਿ ਮੇਰਾ ਹੀ ਮਾਫ ਹੋਇਆ ਜੇ ਇਸ ਗਰੀਬ ਪਰਿਵਾਰ ਦਾ ਮਾਫ ਹੋਇਆ ਤੇ ਅਸੀਂ ਸਾਡਾ ਬਣਦਾ ਫਰਜ਼ ਕਿ ਤੇਰੀ ਸਲਾਘਾ ਕਰਨੀ ਤੇਰੀ ਇੱਜ਼ਤ ਕਰਨੀ ਬਿੱਲ ਮਾਫ ਹੋਇਆ ਉਹਨਾਂ ਨਾਲ ਸਾਰੇ ਸੀਸਾ ਦਿੰਦੇ ਆ ਸਾਰੇ ਆ ਆ ਵੇਖ ਲਾਗੇ ਆ ਵੇਖ ਲਾ 50,000 ਰੁਪਇਆ ਪਰਿਵਾਰ ਦਾ ਬਿੱਲ ਮਾਫ ਕੀਤਾ ਭਗਵੰਤ ਮਾਨ ਨੇ ਬੜੀ ਵੱਡੀ ਗੱਲ ਹੈ ਜਿਹੜੇ ਵਿਰੋਧੀ ਇਹਨਾਂ ਦੇ ਮੂੰਹ ਤੇ ਇੱਕ ਚਪੇਟ ਹੈ ਹੁਣ ਮਾਤਾ ਤੂੰ ਹੋਰ ਕੀ ਕਹਿਣਾ ਚਾਹੁੰਦੀ ਹੈ ਹੋਰ ਪਿਲਸਣ ਲੱਗੀ ਪਿਲਸਣ ਤਾਂ ਲੱਗੀ ਲੱਗੀ ਹੈ ਤੇ ਵਧੀਆ ਕੰਮ ਹੈ ਨਹੀਂ ਨਹੀਂ ਚੰਗੀ ਗੱਲ ਹੈ ਜਿਹੜਾ ਕੋਈ ਚੰਗੀ ਗੱਲ ਸਰਕਾਰ ਕੰਮ ਕਰਦੀ ਚੰਗੇ ਕੰਮ ਦੀ ਸਪੋਰਟ ਕਰਨੀ ਚਾਹੀਦੀ ਹੈ ਬੜੀ ਚੰਗੀ ਗੱਲ ਏ ਤੇ ਬੜੀ ਮਹਾਰਾਜ ਦੀ ਬਾਪੂ ਖੁਸ਼ ਹੋਣ ਹੋਰ ਕੀ ਕਹਿਣਾ ਚਾਹੁੰਦਾ ਕੋਈ ਚੜ੍ਹਦੀ ਗੱਲ ਹੋਰ ਵੀ ਆਨੇ ਜਿਹੜੇ ਜਿਹੜਾ ਦਿੱਤਾ 5-5 ਮਰਦੇ ਐਲਾਨ ਕੀਤਾ ਦੇਵੇ ਲੋਕ ਬਹੁਤ ਸੀਸਾਂ ਦੇਣਗੇ ਉਹ ਵੀ ਕਹਿਤਾ ਉਹਨੇ ਉਹ ਵੀ ਕਹਿਤਾ ਉਹਨੇ ਯਾਰ ਕਈ ਬੰਦੇ ਮੈਨੂੰ ਵੀ ਆਂਦੇ ਤੂੰ ਸਪੋਰਟ ਕੀਤੀ ਆ ਚੰਗਾ ਕੰਮ ਕੀਤਾ ਮੈਨੂੰ ਮੇਰੇ ਵੀ ਮੇਰੀ ਵੀ ਇੱਜ਼ਤ ਰਹਿ ਗਈ ਉਹਨੇ ਗਰੀਬਾਂ ਨੂੰ ਆਖਿਆ 5-5 ਮਰਲੇ ਥਾਂ ਦੇਾਂਗੇ ਪਾ ਕੇ ਵੀ ਦੇਾਂਗੇ ਉਹਦਾ ਦਾ ਜੜਦੀ ਕਲਾ ਤੇ ਲੋਕ ਫੀਸਾਂ ਦੇਣਗੇ ਬਾਪੂ ਦੀ ਪਿਲਸਣ ਲਵਾਉਣੀ ਕਹਿੰਦੀ ਕੋਨੀ ਪਿਲਸਣ ਵੀ ਬਾਪੂ ਦੀ ਲਵਾਉਣੀ ਤੇ ਜ਼ਰੂਰ ਲਵਾਓ ਇਹ ਜ਼ਿਲ੍ਹਾ ਕਿਹੜਾ ਮਾਤਾ ਤੁਹਾਡਾ ਤੇਰਾ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਹੋਈ ਇੱਥੇ ਮੇਰੇ ਬਾਰੇ ਤੂੰ ਇੱਥੇ ਤੇਰੇ ਬੋਰਡ ਬਾੜ ਬਣੇ ਜ਼ਿਲ੍ਹਾ ਮੇਰਾ ਫਿਰੋਜ਼ਪੁਰ ਹੈ ਫਿਰੋਜ਼ਪੁਰ ਜ਼ਿਲ੍ਹਾ ਹੈ ਬਾਪੂ ਦਾ ਇੱਥੇ ਹੀ ਬਾਪੂ ਦੇ ਕਾਗਜ਼ ਬਣੇ ਤੇ ਪਿੰਡ ਮੱਲੇ ਵਾਲਾ ਪਿੰਡ ਮੱਲੇ ਵਾਲਾ ਹੈ ਅਸੀਂ ਇੱਥੇ ਆਏ ਸਾਂ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਪਰਿਵਾਰ ਦਾ ਬਿੱਲ ਮਾਫ ਹੋਇਆ ਹੈ ਕੀਤਾ ਵੀ ਭਗਵੰਤ ਮਾਨ ਦੀ ਸਰਕਾਰ ਨੇ ਆ ਤੇ ਮੈਂ ਕਿਹਾ ਕਿਉਂ ਨਾ ਮਾਤਾ ਗੱਲ ਕਰੀਏ
लोगों दसीए जे विरोध भी करते सारे अज चंगी गल भी करो वधिया भगवंत मान जी अज तुसीं वधिया काम कीता अज तुहानूं दिलों सलूट है होर गल कोई करनी वधिया प्लाट दिते होंदी वार तैनूं सारे लोग फीसा देंदे चंगा कीता लोग कईआं कोल थां घर नहीं हैगा थां घर पा के देंगा वधिया लोग तैनूं तेरे जुड़नगे तैनूं गां वोटां ही पाउणगे चल बाकी ए करके बेनती है कि आप मान लो किसी की कोई पेच पूछ जेड़े ने ना गलत काम कर सही कर ते लोकां वधिया गल करो ये विरोधी पार्टियां ते कहिंदियां भगवंत मान गलत काम करे इहदी सरकार खराब होवे पर भगवंत मान जी सोशल मीडिया तों तुहाडी वधिया सरकार चली चलदी सी ते तुसीं वधिया काम करो ये बेनती तुहाडे अगे सारा कुछ वधिया करो वाहे खालसा।